गवर्नमेंट के वालों मैं कोई भी सहूलत नहीं दी गई। पंजाब की आवाज जेडी के कैप्टन नु सुन नहीं दिंदी ओ आवाज साडे मन्ना भाजी आ। खर्चा कितना चलदा? तरन तारण आस दी किरण एनजीओ है रे ऑफ होप जिदा ना है उन्हां वल्लों बड़े दिनां तो मेरे नाल संपर्क च सीगे और मैं भी किते रुझेवियां दे करके आ नहीं सी सकिया पहला भी अज मैनू इथे बुलाया गया और इथों दे हालात जिहड़े मैं संगत दे सामने विखाउणा चाहुंदा सीगा जिवें भाई साहब ने दस्सिया कि 13 ट्राई साइकिल जिहड़े इन्हां ने इन्हां लोकां नूं दित्ते ने और मैं लोकां नूं दस दवां कि इह लोक जिहड़े ने मंगण वाले लोक नहीं हैगे इह लोक मेहनत करन वाले लोक ने और सारिआं नूं मैं पुछिआ इत्थे वी तुसीं की करदे हो एक बच्चा उह कहिंदा कि मैं पेचां वाली फैक्टरी दे विच काम करना चाहुंदा सी ते मेरी मजबूरी है कि घरों मैं जा नहीं सी सकदा लत्तां दोवें मेरीआं हैगीआं नहीं और मैनू कोई चीज नहीं सी जाण वास्ते ते हुण मैनू साइकिल मिल गया ते मैनू 8-10 हज़ार रुपये दी उत्थे नौकरी मिल जाणी है कमा के खाना चाहना ते जे वैसे वेख्या जावे 8-10 हज़ार रुपया ते ए जे मंगण लग पैण ते मेरा ख्याल है दुनिया फड़ा दिंदी पर जमीर आले लोग ने जिहड़े मंगणा पसंद नहीं करदे काम करना पसंद करदे आ होर इत्थे जिन्ने लोग ने उह भैण जी होणी बैठे ने दोवें जी मतलब लत्तां तों हैंडीकैप ने 100% कमा के खांदे ने और साधन किते आउण जाण नूं नहीं सी हैगा। इक इत्थे मेरी भैण आ उहनूं मैं पुछिआ ਤੇ ਤੂੰ ਵੀ ਕੋਈ ਕੰਮ ਕਰਦੀ ਆ ਉਹ ਕਹਿੰਦੀ ਜੀ ਮੈਂ ਸਿਲਾਈ ਦਾ ਕੰਮ ਕਰਦੀ ਆ ਤੇ ਐਕਸੀਡੈਂਟ ਹੋ ਗਿਆ ਸੀਗਾ ਤੇ ਸਾਈਕਲ ਮੇਰਾ ਕਿਸੇ ਨੇ ਤੋੜ ਦਿੱਤਾ ਪਹਿਲੀ ਗੱਲ ਤੇ ਜਿੰਨੇ ਦਾ ਸਾਈਕਲ ਤੋੜਿਆ ਮੈਂ ਤੇ ਉਹਨੂੰ ਵੀ ਸੰਗਤ ਦੇ ਰਹੀ ਲੱਖ ਲੱਖ ਲਾਂਤ ਪਾਉਣਾ ਜੇ ਟੁੱਟ ਗਿਆ ਸੀਗਾ ਤੇ ਤੂੰ ਉਹਦੇ ਹਾਲਾਤ ਵੇਖ ਕੇ ਹੀ ਉਹਨੂੰ ਸਾਈਕਲ ਜਿਹੜਾ ਬਣਾ ਦਿੰਦਾ ਤੇ ਜੇ ਕਿਸੇ ਤਗੜੇ ਦੇ ਥੱਲੇ ਤੇਰੇ ਕੋਈ ਆਇਆ ਹੁੰਦਾ ਤੇ ਸ਼ਾਇਦ ਤੇਰੀ ਗੱਡੀ ਗੁੱਡੀ ਵੀ ਮੁਕਾ ਦਿੰਦਾ ਉਹ ਇਹ ਮਾਤਲ ਤੇਰਾ ਕਰ ਕੁਛ ਨਹੀਂ ਸਕੀ। ਸੋ ਅੱਜ ਇਹਨਾਂ ਨੇ ਸਾਈਕਲ ਦਿੱਤਾ ਤੇ ਉਹ ਕਹਿੰਦੀ ਜੀ ਮੇਰੇ ਪਿੰਡ ਤੋਂ ਖਡੂਰ ਸਾਹਿਬ ਤੋਂ ਨਾਗੋ ਗਿਆ ਉੱਥੇ ਮੈਂ ਕੰਮ ਕਰਦੀ ਹਾਂ ਸਿਲਾਈ ਦਾ ਤੇ ਦੁਬਾਰਾ ਆਪਣੇ ਕੰਮ ਤੇ ਜਾਣਾ ਸ਼ੁਰੂ ਹੋ ਜਾਊਗੀ। ਇੱਥੇ ਹੋਰ ਮੈਨੂੰ ਕਈ ਸੱਜਣ ਜਿੰਨੇ ਵੀ ਨੇ ਸਾਰੇ ਆਪੋ ਆਪਣਾ ਕੰਮ ਕਰਨਾ ਚਾਹੁੰਦੇ ਨੇ ਇੱਥੇ ਇੱਕ ਸਰਦਾਰ ਜੀ ਨੇ ਉਹ ਵੀ ਮਿਲੇ ਮੈਨੂੰ ਆਉਂਦੇ ਜੀ ਮੈਂ ਦਿਹਾੜੀ ਕਰਦਾ ਖੇਤਾਂ ਜਾ ਕੇ ਤੇ ਘਰ ਮੇਰੇ ਕੋਲ ਕਮਾਉਣ ਵਾਲਾ ਨਹੀਂ ਵਾਈਫ ਹੈ ਮੇਰੀ ਤੇ ਬੱਚੇ ਨੇ ਛੋਟੇ ਉਹ ਘਰ ਦਾ ਧਿਆਨ ਰੱਖਦੀ ਆ ਤੇ ਇਸ ਤਰ੍ਹਾਂ ਹੀ ਦਿਹਾੜੀ ਦੂੜੀ ਵੇਖ ਕੇ ਜਾਂਦਾ ਵੀ ਕੋਈ ਮੋਟਰਸਾਈਕਲ ਵਾਲਾ ਮਿਲ ਜੇ ਉਹਦੇ ਨਾਲ ਚਲ ਜਾਂਦਾ ਮਤਲਬ ਰਹਿਮੋ ਕਰਮ ਤੇ ਆ ਜੇ ਮਿਲ ਗਿਆ ਤੇ ਠੀਕ ਆ ਨਹੀਂ ਮਿਲਿਆ ਤੇ ਫਿਰ ਦਿਹਾੜੀ ਵੀ ਟੁੱਟ ਜਾਂਦੀ ਆ ਤੇ ਬੱਚਿਆਂ ਦੇ ਜਿਹੜੇ ਸਾਧਨ ਆ ਉਹ ਵੀ ਨਹੀਂ ਪੂਰੇ ਹੁੰਦੇ ਤੇ ਹੁਣ ਮੈਨੂੰ ਜਿਹੜਾ ਮਿਲ ਗਿਆ ਵਾ ਰਿਕਸ਼ਾ ਤੇ ਮੈਂ ਰੋਜ਼ ਕਮ ਸੇ ਕਮ ਆਪਣੀ ਦਿਹਾੜੀ ਲਾਇਆ ਕਰੂੰਗਾ ਤੇ ਆਪਣੇ ਬੱਚਿਆਂ ਦੀਆਂ ਜਿਹੜੀਆਂ ਲੋੜਾਂ ਉਹ ਪੂਰੀਆਂ ਕਰ ਸਕਿਆ ਕਰੂੰਗਾ। ਇਸੇ ਤਰੀਕੇ ਜਿੰਨੇ ਇਹਨਾਂ 12-13 ਸਾਈਕਲ 13 ਸਾਈਕਲ ਦਿੱਤੇ ਆ ਜੀ 13 ਸਾਈਕਲ ਤੇ 14 ਆ ਮਾਤਾ ਜੀ ਨੂੰ ਵੀਲ ਚੇਅਰ ਦਿੱਤੀ ਆ ਜਿਹੜੇ ਮਤਲਬ ਚੱਲ ਫਿਰ ਨਹੀਂ ਸਕਦੇ ਘਰ ਚ ਫਿਰਨ ਤੁਰਨ ਨੂੰ ਤੇ ਹੋਰ ਜਿੱਥੇ ਕਿਤੇ ਇਹਨਾਂ ਦੀਆਂ ਲੋੜਾਂ ਨਾ ਹੈ ਕਿਤੇ ਸਾਈਕਲਾਂ ਤੋਂ ਬਿਨਾਂ ਜਾ ਸਕਦੇ ਸੀ ਕਿਸੇ ਰਿਸ਼ਤੇਦਾਰ ਦੇ ਖੁਸ਼ੀ ਗਮੀ ਦੇ ਉੱਤੇ ਅੱਜ ਇਹਨਾਂ ਨੂੰ ਮਿਲ ਗਿਆ ਤੇ ਲਾਗੇ ਲਾਗੇ ਆਪਣਾ ਕਾਰੋਬਾਰ ਵੀ ਕਰ ਸਕਦੇ ਆ ਔਰ ਮੈਂ ਇਸ ਸੰਸਥਾ ਨੂੰ ਦਿਲੋਂ ਧੰਨਵਾਦ ਕਰਦਾ ਔਰ ਇਹਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਇੱਕ ਮੈਸੇਜ ਜਿਹੜਾ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ ਕਿ ਕਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਜੇ ਇਹਨਾਂ ਨੇ ਸਰਕਾਰੀ ਤੌਰ ਤੇ ਸਾਈਕਲ ਲੈਣਾ ਪਹਿਲੀ ਗੱਲ ਤੇ ਇੰਨੀ ਵੱਡੀ ਗਿਣਤੀ ਚ ਜਿੰਨੇ ਪੰਜਾਬ ਚ ਹੈਂਡੀਕੈਪ ਲੋਕ ਨੇ ਉਹਨਾਂ ਨੂੰ ਮਿਲ ਨਹੀਂ ਸਕਦੇ ਕਿਉਂਕਿ ਲੀਡਰਾਂ ਕੋਲ ਹੀ ਸਾਰੇ ਪੈਸੇ ਨੇ ਤੇ ਉਹ ਮੇਰਾ ਖਿਆਲ ਵੀਲ ਚੇਅਰਾਂ ਦੇ ਪੈਸੇ ਵੀ ਖਾ ਜਾਂਦੇ ਨੇ ਇੱਥੇ ਤੇ ਛੱਡਦੇ ਕਿਸੇ ਦਾ ਰਾਸ਼ਨ ਤੱਕ ਖਾ ਜਾਂਦੇ ਨੇ। ਅੱਜ ਆ ਜੰਡਿਆਲੇ ਏਡਾ ਤਕੜਾ ਗੋਦਾਮ ਮੇਰੇ ਖਿਆਲ ਫੜਿਆ ਵੀ 20 ਕਰੋੜ ਦਾ ਇੰਸਪੈਕਟਰ ਇੱਕ ਰਾਸ਼ਨ ਹੀ ਵੇਚ ਗਿਆ ਗਰੀਬਾਂ ਦਾ ਸਾਰਾ ਪਿਆ ਸੀਗਾ ਤੇ ਜੇ ਕਿਤੇ ਸਰਕਾਰੀ ਦਫ਼ਤਰਾਂ ਜਾਂਦੇ ਨੇ ਤੇ ਮੇਰੇ ਖਿਆਲ 80 ਰੁਪਏ ਪਹਿਲਾਂ ਲੱਗਦੇ ਜੀ ਫਾਈਲ ਭਰਨ ਦੇ। ਜਿਹੜੇ ਬੰਦਾ 100-100 ਰੁਪਇਆ ਦਿਹਾੜੀ ਲੈਂਦਾ ਉਹ ਕਿਸੇ ਬੱਸ ਤੇ ਜਾਊਗਾ ਤੇ ਬੱਸ ਵਾਲਾ ਹੈਂਡੀਕੈਪ ਨੂੰ ਬਣਾ ਕੇ ਰਾਜੀ ਨਹੀਂ ਉੱਤੋਂ ਦਫ਼ਤਰਾਂ ਦੇ ਵਿੱਚ ਜੇ 7-8 ਹਜ਼ਾਰ ਦਾ ਸਾਈਕਲ ਦੇਣਾ ਤੇ ਉਹਨਾਂ ਦੇ ਨਖਰੇ ਤੇ ਉਹਨਾਂ ਦੀਆਂ ਵੱਡੀਆਂ ਹੀ ਨਹੀਂ ਮਾਣ ਤੇ ਸਾਈਕਲ ਲੈਂਦਾ ਹੀ ਕੋਈ ਨਹੀਂ ਜਿੱਥੇ ਕਿਤੇ ਕੋਈ MLA ਕਹਿ ਦਿੰਦਾ ਜਾਂ ਮਤਲਬ ਕੋਈ ਮੰਤਰੀ ਕਹਿ ਦਿੰਦਾ ਤੇ ਉਹ ਵਿਖਾਉਣ ਨੂੰ ਫੋਟੋਆਂ ਵੱਡੀਆਂ ਵੱਡੀਆਂ ਲਵਾ ਲੈਂਦੇ ਨੇ ਸਾਈਕਲ ਦੇਣ ਨੂੰ। ਜਿਹੜੇ ਲੋੜਵੰਦ ਆ ਜਿਹੜੇ ਮਿਹਨਤੀ ਲੋਕ ਆ ਉਹਨਾਂ ਤੱਕ ਇਹ ਪਹੁੰਚਾਏ ਨਹੀਂ ਜਾਂਦੇ ਸਿਰਫ ਵੋਟਾਂ ਵਾਲਾ ਮਕਸਦ ਹੈ ਵੀ ਜੇ ਕਿਸੇ ਨੇ ਸਾਨੂੰ ਪਾਉਣੀਆਂ ਤੇ ਇਹਦੇ ਟੱਬਰ 'ਚ 4G ਤਗੜੇ ਹੈਗੇ ਆ ਵੋਟਾਂ ਪਾਉਣ ਵਾਲਿਆਂ ਤੇ ਉਹਨੂੰ ਸਾਈਕਲ ਮਿਲ ਜਾਂਦਾ। ਅਸਲ 'ਚ ਇਹ ਲੋੜਵੰਦਾਂ ਨੂੰ ਦਿੱਤੇ ਜਾਣ। ਮੈਂ ਮੁੱਖ ਮੰਤਰੀ ਨੂੰ ਵੀ ਅਪੀਲ ਕਰਦਾ ਤੇ ਸਾਰੇ ਜਿੰਨੇ ਵੀ ਜੁਝਾਰੂ ਲੋਕ ਆ ਉਹਨਾਂ ਨੂੰ ਵੀ ਕਹਿੰਦਾ ਵੀ ਇਹਦੇ ਖਿਲਾਫ਼ ਜਿਹੜਾ ਇਹ ਆਵਾਜ਼ ਜ਼ਰੂਰ ਚੁੱਕਿਆ ਕਰੋ। ਇਹਨਾਂ ਨੂੰ ਇੱਕ ਸਟੇਜ ਤੇ ਇਕੱਠੇ ਨਹੀਂ ਹੋ ਸਕਦੇ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਇਹਨਾਂ ਨੂੰ ਲਾਮਬੰਦ ਕਰਕੇ ਨਾ ਇਕੱਲੇ ਇਕੱਲੇ ਨੂੰ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਲਿਆਂਦਾ ਜਾਵੇ ਤਾਂ ਜੋ ਇਹਨਾਂ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਸਕਣ ਤੇ ਜ਼ਮੀਰ ਨਾਲ ਜੀ ਸਕਣ
मैं फिर एक बारी दिल दियां गहराइयां तो इस संस्था का धन्नवाद करना और मैनू इन्हां सदके जो मान बख्शिया मैं कह लवां भी माल मालकां दा ते मशहूरी कंपनी दी भी मेरा कोई योगदान नहीं है पर इन्हां लोकां दे विच आ के एक मन नूं सुकून मिलिया और इसे तरीके ये होर वध तों वध सेवा करदे रहण काम सरकार दा करन वाला पर जिहड़ा इह कर रहे ने इन्हां दा दिल दियां गहराइयां तों धन्नवाद और जिहड़े मेरे वीर भरा इत्थे साइकिल लैण आए ने परमात्मा तुहानूं ते इतना कर दिता चलो मैं आस करदा ते रब दे अगे अरदास करदा गां तुहाडे बच्चे खूब तरक्की करन और तुहाडा जिहड़ा जिंदगी दे विच जिहड़े रब वल्लों ही तुहानूं मार पई आ कोई सुख सहूलतां नहीं मिलियां ਉਹ ਤੁਹਾਡੇ ਬੱਚਿਆਂ ਨੂੰ ਮਿਲਣ ਤੇ ਤੁਹਾਡੀਆਂ ਆਸਾਂ ਉਹ ਵੱਡੇ ਹੋ ਕੇ ਤੇ ਪੜ੍ਹ ਲਿਖ ਕੇ ਔਰ ਚੰਗੇ ਕੰਮ ਕਰਕੇ ਉਹ ਪੂਰੀਆਂ ਕਰਨ ਤਾਂ ਜੋ ਉਹਨਾਂ ਨੂੰ ਤੁਹਾਡੇ ਵਰਗੇ ਮਜ਼ਦੂਰੀ ਵਾਲੇ ਹਾਲਾਤਾਂ ਚ ਨਾ ਜੀਣਾ ਪਵੇ ਔਰ ਸਰਕਾਰਾਂ ਇਧਰ ਧਿਆਨ ਦੇਣ ਧੰਨਵਾਦ ਅੰਗਹੀਣਾਂ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਨਹੀਂ ਕੀਤੀ ਅੱਜ ਮੈਨੂੰ ਬਹੁਤ ਹੀ ਫਖਰ ਹੋਇਆ ਕਿ ਸਾਡੇ ਜੋ ਕੇਵਲ ਭਾਜੀ ਆ ਇੱਥੋਂ ਜਿੱਥੇ ਇਹਨਾਂ ਨੇ ਅੰਗਹੀਣਾਂ ਨੂੰ ਰਾਏ ਸਾਈਕਲ ਦਿੱਤੇ ਆ ਉੱਥੇ ਹੀ ਇੱਕ ਉਹ ਪੰਜਾਬ ਦੀ ਆਵਾਜ਼ ਜਿਹੜੀ ਕਿ ਕੈਪਟਨ ਨੂੰ ਸੌਣ ਨਹੀਂ ਦਿੰਦੀ ਉਹ ਆਵਾਜ਼ ਸਾਡੇ ਮਨਪ੍ਰੀਤ ਮੰਨਾ ਭਾਜੀ ਆ ਅੱਜ ਇਹਨਾਂ ਨੇ ਅੰਗਹੀਣਾਂ ਦੀ ਆਵਾਜ਼ ਬੁਲੰਦ ਕੀਤੀ ਆ ਤੇ ਮੈਂ ਆਸ ਕਰਦਾ ਹਾਂ ਕਿ ਇਹ ਭਾਜੀ ਜਿੱਥੋਂ ਵੀ ਸਾਡੇ ਅੰਗਹੀਣਾਂ ਦੇ ਸੰਬੰਧ ਦੇ ਵਿੱਚ ਸਾਡੀਆਂ ਹੋਰ ਵੀ ਐਨ ਜੀ ਓ ਇਹਨਾਂ ਭਾਜੀ ਨੂੰ ਆਵਾਜ਼ ਦੇਣਗੀਆਂ ਉੱਥੇ ਭਾਜੀ ਸਾਡੀ ਜਿਹੜੀ ਅੰਗਹੀਣਾਂ ਦੀ ਜਿਹੜੀ ਆਵਾਜ਼ ਆ ਉਹ ਜ਼ਰੂਰ ਬੁਲੰਦ ਕਰਨਗੇ ਕਿਉਂਕਿ ਜਿਹੜਾ ਅੰਗਹੀਣ ਵਰ ਗਿਆ ਅਜੇ ਕਿਸੇ ਨੂੰ ਨਹੀਂ ਪਤਾ ਅੰਗਹੀਣ ਭਲਾਈ ਐਕਟ ਅੰਗਹੀਣਾਂ ਦੀ ਭਲਾਈ ਲਈ ਬਣਿਆ ਹੋਇਆ ਆ ਅੰਤੋਦਿਆ ਅੰਨ ਯੋਜਨਾ 2 ਕੁਇੰਟਲ 10 ਕਿਲੋ ਕਣਕ ਅੰਗਹੀਣਾਂ ਨੂੰ ਮਿਲਦੀ ਆ ਇਸ ਤੋਂ ਇਲਾਵਾ ਜਿੱਥੇ ਵੀ ਸਾਡੀ ਪਹੁੰਚ ਆ ਸਮਾਨ ਮੌਕੇ ਅਧਿਕਾਰਾਂ ਦੀ ਸੁਰੱਖਿਆ ਇਹ ਐਕਟ ਬਣਿਆ ਆ ਅਗਰ ਅਸੀਂ ਕਿਸੇ ਵੀ ਅਫਸਰ ਨੂੰ ਮਿਲਣਾ ਆ ਜੇਕਰ ਉਸ ਨੂੰ ਅਸੀਂ ਮਿਲ ਹੀ ਨਹੀਂ ਸਕਦੇ ਰਾਹ ਦੇ ਵਿੱਚ ਰੈਂਪ ਹੈ ਨਹੀਂ ਪੌੜੀਆਂ ਆ ਤਾਂ ਫਿਰ ਉੱਥੇ ਤੁਸੀਂ ਆਪੇ ਦੇਖ ਲਓ ਸਮਾਨ ਮੌਕੇ ਅਧਿਕਾਰਾਂ ਦੀ ਸੁਰੱਖਿਆ ਜਿਹੜਾ ਐਕਟ ਆ ਇਹ ਕਿੱਥੇ ਜਾਂਦਾ ਆ ਇਸ ਕਰਕੇ ਅੱਜ ਮੈਂ ਦੁਬਾਰਾ ਫਿਰ ਅੰਗਹੀਣ ਤੇ ਬੁਲੰਦ ਜੀ ਨੇ ਪੰਜਾਬ ਵੱਲੋਂ ਸਾਡੇ ਤਮੰਨਾ ਭਾਜੀ ਜਿਹੜੇ ਆ ਇਹ ਸਾਡੀ ਆਵਾਜ਼ ਚੁੱਕਣ ਵਾਸਤੇ ਮੈਂ ਇਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ।